ਪੰਛਾ ਜੀ ਬੈਠੇ ਬੰਦਗੀ ਕਰ ਰਹੇ ਨੇ, ਨੇਤਰ ਬੰਦ ਨੇ, ਉਹਨਾਂ ਦੀ ਵੀ ਸੁਰਤ ਟਿਕੀ ਹੋਈ ਹੈ। ਅਤੇ ਇੱਧਰੋਂ ਸਾਹਿਬ ਸੱਚੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਪਿਆ। ਪਟਨੇ ਦੀ ਧਰਤੀ ਤੋਂ ਸੁੱਧ ਭੇਜੀ ਜਾਂਦੀ ਹੈ, ਖਬਰ ਭੇਜੀ ਜਾਂਦੀ ਹੈ ਦੀਨ ਦਿਆਲ ਸੱਚੇ ਸਤਿਗੁਰੂ ਜੀ ਨੂੰ। ਗੁਰਦੇਵ ਮਹਾਰਾਜ ਸ਼ੁਕਰਾਨਾ ਕਰਦੇ ਨੇ ਅਕਾਲ ਪੁਰਖ ਜੀ ਦਾ, ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਉਹ ਫਿਰ ਦੱਸਦੇ ਨੇ ਕਿ ਪੁੱਤਰ ਦਾ ਸਾਹਿਬਜ਼ਾਦੇ ਦਾ ਨਾਮ ਕੀ ਰੱਖਣਾ। ਗੋ ਧਰਮੈ ਬਿੰਦ ਪ੍ਰਾਪਤ ਭਏ ਜਾਂ ਤੇ ਗੋਬਿੰਦ ਨਾਮ ਉਚਾਰਾ, ਜੋ ਹੋਏ ਚੌਂ ਕੁੰਟਨ ਵਿਸਥਾਰਾ। ਹਜ਼ੂਰ ਆਖਦੇ ਨੇ ਕਿ ਸਾਡੇ ਸਾਹਿਬਜ਼ਾਦੇ ਦਾ ਨਾਮ ਜਿਹੜਾ ਹੈ ਉਹ ਗੋਬਿੰਦ ਰਾਏ ਰੱਖਣਾ ਹੈ। ਉਧਰੋਂ ਪੀਰ ਭੇਖਨ ਸ਼ਾਹ ਜੀ ਆਪਣੇ ਖੁਦਾ ਦੀ ਬੰਦਗੀ ਦੇ ਵਿੱਚ ਨੇਤਰ ਬੰਦ ਕਰਕੇ ਬੈਠੇ ਹੋਏ ਕਨ ਜੀ। ਜਿਸ ਦਿਨ ਸ਼੍ਰੀ ਗੁਰੂ ਜਗ ਬਿਤਾਏ, ਲੋਕ ਮਰਿਆਦ ਹੇਠ ਪ੍ਰਭ ਆਏ। ਜਿਸ ਦਿਨ ਹਜ਼ੂਰ ਨੇ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਧਾਰਨ ਕੀਤਾ, ਇਹ ਧਰਮ ਦੀ ਮਰਿਆਦਾ ਜਿਹੜੀ ਨਿਸ਼ਚੋ ਨਾਬੂਦ ਹੋ ਚੁੱਕੀ ਸੀ, ਮਾਨੋ ਗੁਰੂ ਗੋਬਿੰਦ ਰਾਏ ਜੀ ਦਾ ਜਿਹੜਾ ਪ੍ਰਕਾਸ਼ ਹੈ ਉਸ ਧਰਮ ਦੀ ਮਰਿਆਦਾ ਨੂੰ ਮੁੜ ਬਹਾਲ ਕਰਨਾ, ਸੁਰਜੀਤ ਕਰਨਾ ਸੀ। ਇਸ ਕਰਕੇ ਮੇਰੇ ਹਜ਼ੂਰ ਜੀ ਇਸ ਮਾਤ ਲੋਕ ਦੇ ਅੰਦਰ ਆਏ ਹਨ ਜੀ। ਬ੍ਰਿੰਦ ਮੁਰੀਦ ਬੀਜ ਤਬ ਪੈਸਾ, ਭਇਓ ਸੰਕਲਪ ਹਿਰਦੈ ਤਬ ਐਸਾ। ਪੀਰ ਭੇਖਨ ਸ਼ਾਹ ਆਪਣੇ ਮੁਰੀਦਾਂ ਦੇ ਵਿੱਚ ਬੈਠਾ ਕੇ ਨੇਤਰ ਬੰਦ ਨੇ ਤੇ ਐਸਾ ਸੰਕਲਪ ਉਹਨੇ ਕੀਤਾ ਹੈ ਜੀ। ਤਤ ਸ਼ਿਨ ਉਠੋ ਅਪਰ ਸਭ ਤਿਆਗੇ, ਪੂਰਬ ਦਿਸ਼ ਮੁਖ ਕਰ ਅਨੁਰਾਗੇ। ਉਸੇ ਵਕਤ ਉੱਠਿਆ ਹੈ, ਮੁਰੀਦਾਂ ਨੂੰ ਇੱਕ ਪਾਸੇ ਕੀਤਾ ਤੇ ਪੂਰਬਲੇ ਜਿਹੜੀ ਦਿਸ਼ਾ ਹੈ ਉਧਰ ਜਾ ਕੇ ਮੁਖ ਕਰ ਲਿਆ ਹੈ ਜੀ। ਮੂੰਦ ਬਿਲੋਚਨ ਧਰ ਉਰ ਧਿਆਨਾ, ਸਾਦਰ ਹਾਥ ਬੰਦ ਦਿੱਤ ਥਾਨਾ। ਉਹਨੇ ਨਿਮਰਤਾ ਦੇ ਵਿੱਚ ਨੇਤਰ ਬੰਦ ਕਰ ਲਈ ਨੇ ਤੇ ਇੱਕ ਅਗੰਮੀ ਜੋਤ ਦਾ ਧਿਆਨ ਜਿਹੜਾ ਹੈ ਧਰ ਲਿਆ ਹੈ ਜੀ। ਏਕ ਮੁਰੀਦ ਅਲਖ ਬਿਸਮਾਨੇ, ਕਹਾਂ ਕੀਨ ਇਹ ਪੀਰ ਸਿਆਨੇ। ਜਦੋਂ ਧਿਆਨ ਧਰਿਆ ਨਾ, ਉਹਨਾਂ ਨੇ ਪੂਰਬ ਵਾਲੀ ਦਿਸ਼ਾ ਦੇ ਵੱਲ ਸਿਜਦਾ ਕਰ ਦਿੱਤਾ ਤੇ ਮੁਰੀਦਾਂ ਨੇ ਆਖਿਆ ਕਿ ਇਹ ਪੀਰ ਜੀ ਆਪ ਜੀਆਂ ਨੇ ਕੀ ਕੀਤਾ ਹੈ ਜੀ। ਇਤ ਦਿਸ ਕਿਸ ਕੋ ਸੀਸ ਨਿਵਾਇਓ, ਜਥਾ ਪ੍ਰਾਂਤ ਹਿੰਦਨ ਕੋ ਪਾਇਓ। ਤੁਸੀਂ ਪੂਰਬ ਵਾਲੇ ਪਾਸੇ ਨੂੰ ਸੀਸ ਕਿਉਂ ਨਿਵਾਇਆ, ਸਾਡੀ ਤੇ ਇਹ ਮਰਿਆਦਾ ਨਹੀਂ ਜੀ। ਪਸ਼ਚਮ ਦਿਸ ਕੋ ਪ੍ਰਿਸ਼ਟੀ ਫੇਰ, ਭਏ ਨਰਮ ਔਚਰ ਕਿਆ ਹੇਰ। ਤੁਸੀਂ ਪੱਛਮ ਨੂੰ ਪਿੱਠ ਕਿਉਂ ਦੇ ਦਿੱਤੀ, ਜੋ ਸਾਡੀ ਮਰਿਆਦਾ ਸੀ
ਉੱਤੇ ਪੂਰਬ ਵੱਲ ਸਿਜਦਾ ਕਿਉਂ ਕੀਤਾ ਜੀ? ਹੱਥ ਜੋੜ ਪੁੱਛੋ ਗੁਣ ਭੀਖ, ਪ੍ਰਥਮ ਨਾ ਤੁਮਰੀ ਇਹ ਵਿਦ ਦੀਖ। ਭੀਖਨ ਸ਼ਾਹ ਨੂੰ ਪੁੱਛਦੇ ਨੇ ਕਿ ਪਹਿਲਾਂ ਤੁਹਾਡੀ ਇਹ ਮਰਿਆਦਾ ਨਹੀਂ ਸੀ, ਇਹ ਮਰਿਆਦਾ ਕਦੋਂ ਤੋਂ ਤੁਸੀਂ ਧਾਰਨ ਕਰ ਲਈ? ਤੁਸੀਂ ਮੁਹੰਮਦ ਸਾਹਿਬ ਦੀ ਸ਼ਰ੍ਹਾਂ ਨੂੰ ਕਿਉਂ ਤਿਆਗ ਦਿੱਤਾ ਜੀ? ਭਈ ਪ੍ਰਾਂਤ ਮੁਝ ਸੁਤ ਮਨ ਭਈ, ਕਰੀ ਬੰਦਗੀ ਮੈਂ ਸੁਖਮਈ। ਉਹਨਾਂ ਨੇ ਆਖਿਆ ਕਿ ਅੱਜ ਅੰਦਰੋਂ ਇੱਕ ਐਸੀ ਖਿੱਚ ਪਈ, ਬੰਦਗੀ ਕਰਨ ਦਾ ਬੜਾ ਰਸ ਆਇਆ, ਏਦਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਖੁਦਾ ਦੀ ਝਲਕ ਜਿਹੜੀ ਹੈ ਨਾ, ਉਹ ਮੈਨੂੰ ਪੂਰਬ ਵਾਲੇ ਪਾਸਿਓ ਮਿਲੇਗੀ ਜੀ। ਪੂਰਬ ਜਿਸ ਵਿਸ਼ੇ ਮੈਂ ਅਬ ਜਾਉਂ ਦਰਸਾਹੋ ਤਿਸੈ। ਮੈਂ ਉਸ ਅਗੰਮੀ ਜੋਤ ਦੇ ਦਰਸ਼ਨ ਜਿਹੜੇ ਨੇ ਉਹ ਪਟਨਾ ਦੇ ਵਿੱਚ ਕਰਾਂਗਾ। ਮੈਂ ਅਬ ਜਾਉਂ ਦਰਸੋਂ ਤਿਸੈ, ਉਹਨਾਂ ਦੇ ਜਾ ਕੇ ਪਟਨਾ ਦੇ ਵਿੱਚ ਦਰਸ਼ਨ ਕਰਾਂਗਾ ਜੀ। ਠਾਣ ਬਖਸ਼ਾਵਨ ਕਰਿਓ ਆਪਨ ਇਸ਼ਟ ਫਿਰਤਾ ਅਨੁਸਾਰ। ਉਹਨਾਂ ਦੇ ਕੋਲੋਂ ਆਪਣੇ ਜੀਵਨ ਦੇ ਅਪਰਾਧ, ਆਪਣੇ ਜੀਵਨ ਦੀਆਂ ਭੁੱਲਾਂ ਜਿਹੜੀਆਂ ਨੇ ਉਹ ਬਖਸ਼ਾਵਾਂਗਾ, ਤੇ ਉਹਨਾਂ ਨੂੰ ਆਪਣਾ ਇਸ਼ਟ ਜਿਹੜਾ ਹੈ ਉਹ ਇਸ਼ਟ ਸਵਕਾਰ ਕਰ ਲਵਾਂਗਾ ਜੀ। ਦਰਸ਼ਨ ਕਰੇ ਪਾਕ ਹੱਥ ਹੋਵੇ, ਗੁਨਾਹ ਅਨਕ ਮਨ ਤਨ ਤੇ ਖੋਵੇ। ਜਿਹੜੇ ਉਸ ਅਗੰਮੀ ਜੋਤ ਦੇ, ਇਲਾਹੀ ਜੋਤ ਦੇ ਦਰਸ਼ਨ ਕਰਨਗੇ ਉਹਨਾਂ ਦੇ ਸਾਰੇ ਪਾਪ ਧੋਤੇ ਜਾਣਗੇ ਜੀ। ਦੋਏ ਮਰੀਦ ਮੁਰਾਦ ਧਰਮ ਦੇ ਕੁੜਹਾਮ ਦੀ ਧਰਤੀ ਤੋਂ ਤੁਰ ਪਏ ਹਨ ਜੀ। ਦਿੱਲੀ ਆਦਿ ਉਲੰਘੇ ਕਰ ਸਾਰੇ, ਭਲੀ ਭਾਂਤ ਕੇ ਦੇਸ ਨਿਹਾਰੇ। ਦਿੱਲੀ ਆਦਿਕ ਨਗਰਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਜਦੋਂ ਉਹ ਪੁਰ ਪਟਨੇ ਦੇ ਵੱਲ ਰਵਾਨਾ ਹੋਏ ਹਨ ਜੀ। ਪੁਰ ਪਟਨੇ ਕੇ ਪਹੁੰਚੇ ਪਾਸ, ਜਿਤ ਕਰ ਸੋਭਾ ਰਹੀ ਪ੍ਰਕਾਸ਼। ਉਹ ਪੁਰ ਪਟਨੇ ਦੇ ਵਿੱਚ ਪਹੁੰਚ ਗਏ ਤੇ ਉਹਨਾਂ ਨੂੰ ਪਟਨੇ ਦੀ ਜਿਹੜੀ ਸ਼ੋਭਾ ਹੈ ਨਾ, ਉਹ ਬੜੀ ਮਨ ਅੰਦਰ ਜਿਹਨੂੰ ਕਹੀਏ ਕਿ ਭਾ ਗਈ ਹੈ, ਬੜਾ ਰਸ ਆਨੰਦ ਆ ਰਿਹਾ ਹੈ ਜੀ। ਠੰਡੋ ਭਇਓ ਭੀਖ ਸਭ ਪਾਸ, ਆਦਿ ਕਿਰਪਾਲ ਬਿਲਾਸ ਜੇ ਵੈਸੇ। ਸਾਹਿਬ ਸੱਚੇ ਸਤਿਗੁਰ ਜੀ ਦੇ ਘਰ, ਕਿਉਂਕਿ ਪੂਰੇ ਪਟਨੇ ਨੂੰ ਪਤਾ ਲੱਗ ਗਿਆ ਗਏ ਕਿ ਇੱਥੇ ਬਾਲ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਗਿਆ, ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਬੜਾ ਚਾਅ ਹੈ, ਤੇ ਉਸ ਘਰ ਅੰਦਰ ਮਾਨੋ ਬਹੁਤ ਸਾਰੀਆਂ ਸੰਗਤਾਂ ਦਾ ਆਉਣਾ ਜਾਣਾ ਲੱਗਿਆ ਹੋਇਆ, ਤੇ ਪੀਰ ਜਿਹੜਾ ਗਏ ਉਹ ਸਮਝ ਗਿਆ ਕਿ ਇਹੀ ਉਹ ਘਰ ਗਏ ਜਿੱਥੇ ਅਗੰਮੀ ਅੱਲਾ ਦੀ ਜੋਤ ਜਿਹੜੀ ਹੈ ਉਹ ਪ੍ਰਕਾਸ਼ੀ ਹੈ ਜੀ। ਆਦਿ ਕਿਰਪਾਲ ਬਿਲਾਸ ਜੇ ਵੈਸੇ, ਜੋਰੇ ਹਾਥ ਕਹਿਤ ਭਾ ਐਸੇ। ਅੱਗੇ ਹੱਥ ਜੋੜ ਕੇ
ਕਿਰਪਾਲ ਚੰਦ ਜੀ ਨੂੰ ਏਦਾਂ ਬੇਨਤੀ ਕਰਦੇ ਹਨ ਜੀ, ਜੋ ਜਨਮਿਓ ਅਬ ਸਾਹਿਬ ਜਾਦਾ, ਦੇਨ ਜਗਤ ਸਿੱਖਿਆ ਨੂੰ ਅਹਿਲਾਦਾ। ਜਿਸ ਸਾਹਿਬਜ਼ਾਦੇ ਨੇ ਇਸ ਧਰਤੀ ਦੇ ਉੱਤੇ ਪ੍ਰਕਾਸ਼ ਧਾਰਨ ਕੀਤਾ ਗਿਆ, ਜੋ ਦੁਨੀਆਂ ਨੂੰ ਸੁੱਖ ਦੇਣ ਦੇ ਲਈ ਆਏ ਨੇ, ਮੈਂ ਉਹਨਾਂ ਦੇ ਦਰਸ਼ਨ ਕਰਨ ਆਇਆ ਹਾਂ ਜੀ। ਜਿਸ ਕੇ ਦਰਸ਼ਨ ਕੀ ਹਮ ਚਾਹੂ, ਜਿਸ ਹਿਤ ਗਮਨੇ ਬਹੁ ਦਿਨ ਰਹੋ। ਮੈਂ ਉਹਨਾਂ ਦੀ ਦਰਸ਼ਨਾਂ ਦੀ ਇੱਛਾ ਲੈ ਕੇ ਬੜੇ ਦਿਨ ਰਸਤੇ ਦੇ ਵਿੱਚ ਗੁਜ਼ਾਰ ਕੇ ਆ ਰਿਹਾ ਹਾਂ ਜੀ। ਆਪ ਦਰਸ਼ਨ ਕਰਵਾਓ ਮੋਏ, ਸਫਲ ਆਏਗੋ ਮਤ ਕੋਏ। ਹੁਣ ਕਿਰਪਾ ਕਰੋ ਮੈਨੂੰ ਉਸ ਅਗੰਮੀ ਜੋਤ ਦੇ ਦਰਸ਼ਨ ਕਰਾ ਦਿਓ, ਤਾਂ ਜੋ ਮੇਰਾ ਇੱਥੇ ਆਇਆ ਹੋਇਆ ਸਫਲ ਹੋ ਜਾਵੇ ਜੀ। ਅਰਪਣਾ ਕਾਰਜ ਹੋਏ ਹਮਾਰਾ, ਆਏ ਰੱਖਿਓ ਗੁਰ ਦਰਬਾਰਾ। ਮੇਰਾ ਹੋਰ ਕੋਈ ਕਾਰਜ ਨਹੀਂ, ਮੈਂ ਕੇਵਲ ਤੇ ਕੇਵਲ ਗੁਰੂ ਦੇ ਦਰਸ਼ਨ ਕਰਨ ਆਇਆ, ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਨ ਆਇਆ ਹਾਂ ਜੀ। ਸੁਣ ਕੇ ਪਾਰੇ ਵਾਕ ਵਖਾਨਾ, ਭਲਾ ਭਇਓ ਤੁਮ ਟਿਕੋ ਸੁਖਾਨਾ। ਕਿਰਪਾਲ ਚੰਦ ਜੀ ਨੇ ਆਖਿਆ ਜੀ, ਤੁਸੀਂ ਟਿਕ ਜਾਓ, ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਜੀ। ਅੰਦਰ ਜਾਏ ਬਿਰਤਾਂਤ ਸੁਣਾਵਾ, ਸੈਯਦ ਏਕ ਪੀਰ ਚਲ ਆਵਾ। ਅੰਦਰ ਜਾ ਕੇ ਮਾਤ ਨਾਨਕੀ ਜੀ ਨੂੰ, ਮਾਤ ਗੁਜਰੀ ਜੀ ਨੂੰ ਸਾਰਿਆਂ ਦੇ ਨਾਲ ਵਿਚਾਰ ਕੀਤੀ ਹੈ ਕਿ ਸਾਡੇ ਘਰ ਅੰਦਰ ਕੋਈ ਸੈਯਦ ਆਏ ਨੇ, ਤੇ ਉਹ ਆਖਦੇ ਨੇ ਕਿ ਅਸੀਂ ਇਸ ਲਾਲ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਤੇ ਉਸ ਵਕਤ ਨਾਨਕੀ ਜੀ ਨੇ, ਮਾਤਾ ਗੁਜਰੀ ਜੀ ਨੇ ਇਨਕਾਰ ਕਰ ਦਿੱਤੀ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੀ ਉੱਥੇ ਨੇ, ਤੇ ਕੁਝ ਸਾਹਿਬ ਸੱਚੇ ਸਤਿਗੁਰ ਜੀ ਨੇ ਵੀ ਸੁਚੇਤ ਕੀਤਾ ਸੀ ਕਿ ਤੁਸੀਂ ਥੋੜਾ ਜਿਹਾ ਸਤਰਕ ਹੋ ਕੇ ਰਹਿਣਾ ਹੈ। ਇਸ ਕਰਕੇ ਮਾਤਾ ਗੁਜਰੀ ਜੀ ਨੇ ਜਿਹੜਾ ਗਿਆ ਉਹ ਲਾਲ ਦੇ ਦਰਸ਼ਨ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ ਜੀ। ਸੁਣੋ ਪੀਰ ਜੀ, ਆਪ ਮਹਾਨੇ, ਰਹਿਤ ਕਹਿਤ ਤੇ ਸਹਿਤ ਸਿਆਣੇ। ਬਾਹਰ ਆ ਕੇ ਕਿਰਪਾਲ ਚੰਦ ਜੀ ਨੇ ਬੇਨਤੀ ਕੀਤੀ ਕਿ ਹੇ ਪੀਰ ਜੀ, ਆਪ ਬਹੁਤ ਸਿਆਣੇ ਹੋ, ਰਹਿਤਵਾਨ ਹੋ ਜੀ। ਬਿਤੇ ਨਾ ਤੀਨ ਮਹੀਨੇ ਚੀਨਸ, ਅਰਜੁਨ ਵਹਿਰ ਨਿਕਸਾਨੋ ਕੀਨਸ। ਅਜੇ ਬਾਲਕ ਬੜਾ ਛੋਟਾ ਕੇ, ਉਹਦੀ ਉਮਰ ਬੜੀ ਛੋਟੀ ਹੈ, ਅਜੇ ਕੋਈ ਬਹੁਤਾ ਸਮਾਂ ਬਾਲਕ ਦੇ ਜਨਮ ਲਿਆ ਨਹੀਂ ਕੋਇਆ ਜੀ। ਬਾਲਕ ਰੂਪ ਮਿਰਦਲ ਸਭ ਅੰਗ, ਵਾਯੂ ਬੇਗ ਬਹਿ ਹਿਮ ਸੰਗ। ਹਵਾ ਬੜੀ ਠੰਡੀ ਵਗਦੀ ਹੈ, ਸਿਆਲਾਂ ਦਾ ਰੁੱਤ ਹੈ, ਉਮਰ ਬੜੀ ਬਾਲਕ ਦੀ ਛੋਟੀ ਹੈ, ਅੰਗ ਬੜੇ ਕੋਮਲ ਹਨ ਜੀ। ਵਹਿਰਨ ਆਵੇ ਕਾਰਨ ਇੱਤੇ, ਅਲਪ ਅਰਬ ਦਾ ਅੰਤਰ ਸੇਤੇ। ਉਮਰ ਬੜੀ ਛੋਟੀ ਹੈ ਤੇ ਇਸ ਕਰਕੇ ਅਸੀਂ ਆਪ ਜੀ ਤੋਂ ਹੱਥ ਜੋੜ ਖਿਮਾ ਮੰਗਦੇ ਹਾਂ ਕਿ ਅਸੀਂ ਬਾਲਕ ਦੇ ਅਜੇ ਦਰਸ਼ਨ ਨਹੀਂ ਕਰਾ ਸਕਦੇ,
ਦਰਸ਼ਨ ਹੋਣਗੇ, ਪਰ ਤੁਹਾਨੂੰ ਬੜਾ ਲੰਮਾ ਇੰਤਜ਼ਾਰ ਕਰਨਾ ਪਵੇਗਾ। ਇਸ ਕਰਕੇ ਤੁਸੀਂ ਅਜੇ ਨਹੀਂ, ਕੁਝ ਮਹੀਨੇ ਬਾਅਦ ਆਇਓ, ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਜੀ। ਮਿਹਰਬਾਨੀ ਕਰਕੇ ਫੇਰ ਆਵੋਗੇ ਹੋਏ ਦਾਲ ਵਡੇਰ। ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਤੁਸੀਂ ਜੇਕਰ ਦੁਬਾਰਾ ਆ ਜਾਓ ਤੇ ਮੈਂ ਵਾਅਦਾ ਕਰਦਾ ਹਾਂ ਤੁਹਾਨੂੰ ਦਰਸ਼ਨ ਸਾਹਿਬਜ਼ਾਦੇ ਦੇ ਜ਼ਰੂਰ ਕਰਾਵਾਂਗਾ ਜੀ। ਦੋਹਰਾ ਬਸੇ ਨਿਸਾ ਕਹਿ ਰਹੇ ਬਹੁ ਖਾਨ ਪਾਨ ਨਹਿਕੀਨ ਭਈ ਪਰਾਂਤ ਬੈਸੇ ਸੋ ਥਲ ਦੁਆਰ ਅਗਾਰੇ ਤੀਨ। ਉਹ ਤਿੰਨੇ ਮੁਰੀਦ ਨਾ, ਦੋ ਮੁਰੀਦ ਸਨ ਤੇ ਇੱਕ ਭੀਖਣ ਚਾਹ ਜੀ। ਉਹਨਾਂ ਨੇ ਜਦੋਂ ਦੇਖਿਆ ਸ਼ਾਮਾਂ ਪੈ ਗਈਆਂ ਨੇ, ਸ਼ਾਮਾਂ ਢਲਣ ਵਾਲੀਆਂ ਨੇ, ਉਸ ਥਾਂ ਦੇ ਉੱਤੇ ਹੀ ਬੈਠ ਗਏ ਨੇ, ਕੁਝ ਖਾਧਾ ਨਹੀਂ ਕੁਝ ਪੀਤਾ ਨਹੀਂ, ਉੱਥੇ ਹੀ ਦੀਵਾਰ ਦੇ ਅੱਗੇ ਟਿਕਾਣੇ ਮਲ ਲਏ ਹਨ ਜੀ। ਸਿਮਰਤ ਹਿਰਦੈ ਨਾਮ ਗੁਰੂ ਕੇ ਦੇਹੁ ਦਰਸ਼ ਪੂਰਨ ਪ੍ਰਭ ਮੇਰੇ। ਅੱਖਾਂ ਬੰਦ ਕਰ ਲਈਆਂ ਪੀਰ ਭੀਖਣ ਸ਼ਾਹ ਜੀ ਨੇ ਤੇ ਕਹਿਣ ਲੱਗੇ ਕਿ ਵਾਹਿਗੁਰੂ ਤੂੰ ਕਿਰਪਾ ਦੇ ਘਰ ਅੰਦਰ ਆ, ਸਾਨੂੰ ਆਪਣੇ ਦਰਸ਼ਨ ਦੇਹੋ ਜੀ। ਹੱਥ ਫੇਰ ਕੋ ਕਰੀ ਸ਼੍ਰੀ ਨਾਨਕ ਕੋ ਸਿਮਰਤ ਉਰਹੀ। ਆਪਣੇ ਹੱਥ ਦੇ ਵਿੱਚ ਮਾਲਾ ਪਕੜੀ ਕੋਈ ਗਏ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੈ ਜੀ। ਦਰਸ਼ਨ ਦਰਸੇ ਬਿਨਾ ਨਾ ਜਾਊ ਬੈਠੋ ਇਤ ਹੀ ਦਿਵਸ ਬਿਤਾਊ। ਉਹਨਾਂ ਨੇ ਆਖਿਆ ਮਹਾਰਾਜ ਜੋ ਮਰਜ਼ੀ ਹੋ ਜਾਵੇ, ਮੈਂ ਦਰਸ਼ਨਾਂ ਤੋਂ ਬਗੈਰ ਇਥੋਂ ਨਹੀਂ ਜਾਵਾਂਗਾ ਜੀ। ਸੁਣ ਕਿਰਪਾਲ ਜੁਗ ਸੇਵਕ ਸਾਰੇ ਸ਼੍ਰੀ ਗੁਜਰੀ ਡਿਗ ਸਕਲ ਗੁਜਾਰੇ। ਫਿਰ ਮਾਮਾ ਕਿਰਪਾਲ ਚੰਦ ਜੀ ਨੇ ਜਦੋਂ ਉਹਨਾਂ ਦੀ ਵੇਦਨਾ ਸੁਣੀ ਨਾ, ਕਿ ਉਹਨਾਂ ਨੇ ਆਖਿਆ ਹੈ ਕਿ ਜੋ ਮਰਜ਼ੀ ਹੋ ਜਾਵੇ, ਅਸੀਂ ਭੁੱਖੇ ਰਹਿ ਲਵਾਂਗੇ, ਸਿਆਲ ਦੇ ਵਿੱਚ ਬਾਹਰ ਬੈਠੇ ਰਵਾਂਗੇ, ਪਰ ਅਸੀਂ ਕਿਤੇ ਵੀ ਨਹੀਂ ਜਾਵਾਂਗੇ। ਤੇ ਇੱਥੇ ਜਦੋਂ ਤੱਕ ਦਰਸ਼ਨ ਨਹੀਂ ਹੋ ਜਾਂਦੇ, ਉਦੋਂ ਤੱਕ ਇੱਥੇ ਹੀ ਟਿਕੇ ਰਵਾਂਗੇ। ਜਦੋਂ ਇਹ ਗੱਲ ਨਾਨਕੀ ਜੀ ਨੂੰ ਪਤਾ ਲੱਗੀ ਕਹਿ ਜੀ, ਮਾਤ ਨਾਨਕੀ ਸੁਣ ਤਿਸ ਕਾਲ ਕਹੋ ਬਾਤ ਸੁਣ ਪ੍ਰਾਤ ਕਿਰਪਾਲ। ਮਾਤਾ ਨਾਨਕੀ ਜੀ ਨੇ ਆਖਿਆ ਕਿ ਵੀਰਿਆ ਕਿਰਪਾਲ ਫਿਰ ਸੁਣਨਾ ਕਰੋ ਜੀ। ਅੰਤਰ ਪੌਰ ਪ੍ਰਤੰਕ ਡਸਾਵੋ ਰਸ਼ਿਆ ਸਰਬ ਪ੍ਰਕਾਰ ਕਰਾਵੋ। ਉਹਨਾਂ ਨੇ ਆਖਿਆ ਕਿ ਅੰਦਰ ਪ੍ਰਿਅੰਕ ਡਰਸਾ ਦਿਓ, ਭਾਵ ਜੇ ਦਰਸ਼ਨ ਕਰਨੇ ਨੇ ਨਾ ਤੇ ਫਿਰ ਸੁਚੇਤ ਹੋ ਜਾਵੋ ਸਾਰੇ, ਇਦਾਂ ਆਖਿਆ ਗਿਆ ਜੀ। ਸਿੱਖ ਸੇਵਕ ਸਭੀ ਉਰ ਤੀਰ ਫਰਸ਼ ਕਰਾਵੋ ਸੁੰਦਰ ਚੀਰ। ਕਹਿੰਦੇ ਨੇ ਸੋਹਣੇ ਗਲੀਚੇ ਵਿਛਾ ਦਿਓ ਬੈਠਣ ਦੇ ਲਈ, ਤੇ ਸਾਰੀ ਸੰਗਤ ਨੂੰ ਫਿਰ ਇਹ ਗੱਲ ਕਹਿ ਦਿਓ ਕਿ ਸੁਚੇਤ ਰਹਿਣ ਜੀ। ਦੋਰਾ ਫਰਸ਼ ਗਲੀਚੇ ਗਿਲਮ ਕੋ ਰਚਿਓ ਰੋਚਰ ਇੱਕ ਸਾਰ ਕੰਚਨ ਖਚਤ ਪ੍ਰਿੰਕ ਕੇ ਆਸਤਰਨ ਜਿਸ ਚਾਰ। ਫਿਰ ਸੋਹਣੇ ਗਲੀਚੇ ਵਿਛਾਏ ਗਏ ਨੇ,
ਜਿੱਥੇ ਹਜ਼ੂਰ ਨੇ ਵਿਰਾਜਣਾ ਹੈ ਉਹਦੀ ਜਿਹੜੀ ਤਿਆਰੀ ਹੈ ਉਹ ਕਰਵਾਈ ਗਈ ਹੈ ਜੀ। ਸ੍ਰੀ ਗੁਜਰੀ ਡਿੱਗ ਹੋਏ ਕਿਰਪਾਲ, ਦੋ ਹੱਥਨ ਪਰਲੇ ਪਰਵਾਲ। ਸ੍ਰੀ ਗੁਜਰੀ ਡਿੱਗ ਹੋਏ ਕਿਰਪਾਲ, ਮਾਮਾ ਕਿਰਪਾਲ ਚੰਦ ਜੀ ਮਾਤਾ ਗੁਜਰੀ ਜੀ ਦੇ ਕੋਲ ਹੋਏ ਨੇ, ਦੋਏ ਹੱਥਨ ਪਰਲੇ ਬਰ ਬਾਲ, ਆਪਣੇ ਹੱਥਾਂ ਦੇ ਵਿੱਚ ਪੁੱਤਰ ਨੂੰ ਪਕੜਿਆ ਗਿਆ ਜੀ। ਮੰਦ ਮੰਦ ਕਰ ਅਦਭ ਹਨੇਰਾ, ਸ੍ਰੀ ਗੁਰੂ ਕੋ ਅਲਾਇਤ ਸਵੇਰਾ। ਕਹਿੰਦੇ ਨੇ ਮੰਦ ਮੰਦ ਸਹਿਜੇ ਸਹਿਜੇ ਜਿਹੜੇ ਨੇ ਨਾ ਅਦਬ ਕਰਦਿਆਂ ਹੋਇਆ, ਸ੍ਰੀ ਗੁਰੂ ਕੋ ਲਾਇਬ ਤਿਸ ਬੇਰਾ, ਗੁਰੂ ਪਾਤਸ਼ਾਹ ਜੀ ਨੂੰ ਏਦਾਂ ਆਪਣੇ ਹੱਥਾਂ ਦੇ ਵਿੱਚ ਅਦਬ ਦੇ ਸਹਿਤ ਪਕੜਿਆ ਗਿਆ ਜੀ। ਸੂਰਜ ਮੁਖੀ ਹੱਥ ਗਹਿ ਅਗੇ, ਕਿਆ ਸੂਰਜ ਦਿਸ਼ ਧੂਪ ਨਾ ਲਾਗੇ। ਅੱਗੇ ਹੱਥ ਕਰ ਲਏ ਨੇ ਕਿਤੇ ਸਾਹਿਬ ਦੇ ਅੱਖਾਂ ਦੇ ਵਿੱਚ ਧੁੱਪ ਨਾ ਪਵੇ, ਏਦਾਂ ਉਹਨਾਂ ਨੇ ਅੱਗੇ ਹੱਥ ਕਰ ਲਏ ਹਨ ਜੀ। ਗਵਨ ਲਗੇ ਸ਼ਬਦ ਸੁਖਕਾਰੀ, ਰਾਗ ਰਾਗਨੀ ਰੁਚਿਰ ਮਝਾਰੀ। ਫਿਰ ਉੱਥੇ ਦੀਵਾਨ ਸਜਾਏ ਗਏ, ਸ਼ਬਦ ਗਾਇਨ ਕੀਤੇ ਗਏ ਜੀ। ਬਟਨੇ ਕੀ ਸੰਗਤ ਆਈ, ਅਨੇਕ ਪ੍ਰਕਾਰ ਉਪਾਇਨ ਲਗਾਈ। ਕਹਿੰਦੇ ਨੇ ਪੁਰ ਪਟਨੇ ਦੀ ਸੰਗਤ ਆਈ, ਸਾਰੀ ਪਟਨਾ ਸਾਹਿਬ ਦੀ ਸੰਗਤ ਆਈ ਹੈ, ਤੇ ਉਸ ਸੰਗਤ ਦੇ ਅੰਦਰ ਮੇਰੇ ਹਜ਼ੂਰ ਦੇ ਜਿਹੜੇ ਦਰਸ਼ਨ ਨੇ ਨਾ ਗੁਰੂ ਗੋਬਿੰਦ ਰਾਏ ਜੀ ਦੇ, ਉਹਨਾਂ ਦੇ ਦਰਸ਼ਨ ਫਿਰ ਉੱਥੇ ਕਰਾਏ ਗਏ ਨੇ। ਉਸ ਥਾਂ ਦੇ ਉੱਤੇ ਬਹੁਤ ਵੱਡਾ ਇਕੱਠ ਹੋਇਆ ਹੈ ਜੀ। ਘਰ ਘਰ ਹਿਰਦੈ ਕਾਮਨਾ ਆਏ, ਦਰਸ਼ਨ ਕਰਤ ਪਾਏ ਮਨ ਭਾਏ। ਫਿਰ ਦਰਸ਼ਨ ਕਰਕੇ ਮਨ ਚਿੰਦੀਆਂ ਫਲ ਜਿਹੜੇ ਨੇ ਪ੍ਰਾਪਤ ਕੀਤੇ ਨੇ, ਤੇ ਉਸ ਥਾਂ ਦੇ ਉੱਤੇ ਜਦੋਂ ਪੀਰ ਭੇਖਣ ਸ਼ਾਹ ਜੀ ਨੇ ਦਰਸ਼ਨ ਕੀਤੇ ਨੇ ਨਾ, ਤੇ ਉਹਨਾਂ ਦੇ ਮਨ ਅੰਦਰ ਆਇਆ ਕਿ ਜਾਣੀਏ ਕਿ ਇਹ ਪੀਰ ਜਿਹੜੇ ਨੇ, ਜਿਹੜੀ ਰੱਬੀ ਰੂਹ ਪ੍ਰਗਟ ਹੋਈ ਹੈ, ਇਹ ਹਿੰਦੂਆਂ ਦੇ ਵੱਲ ਹੈ ਜਾਂ ਮੁਸਲਮਾਨਾਂ ਦੇ ਵੱਲ ਹੈ। ਉਹਨਾਂ ਨੇ ਦੋ ਕੁਝੇ ਲਏ ਨੇ ਤੇ ਦੋ ਕੁਝੇ ਹਜ਼ੂਰ ਦੇ ਸਨਮੁਖ ਰੱਖ ਦਿੱਤੇ, ਤੇ ਮੇਰੇ ਮਾਲਕ ਜੀ ਨੇ ਨਾ ਉਹਨਾਂ ਦੋਨਾਂ ਕੁਝਿਆਂ ਦੇ ਉੱਤੇ ਹੱਥ ਰੱਖ ਦਿੱਤਾ। ਮੰਨੋ ਕਿ ਗੁਰੂ ਦੋਨਾਂ ਦਾ ਸਾਂਝਾ ਹੈ, ਇਹ ਨਹੀਂ ਕਿ ਗੁਰੂ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ, ਨਹੀਂ, ਗੁਰੂ ਉਹਨਾਂ ਦਾ ਗਏ ਜਿਹੜੇ ਗੁਰੂ ਦੇ ਨੇ। ਜੇ ਗੁਰੂ ਦੇ ਬਣ ਕੇ ਰਹੋਗੇ, ਗੁਰੂ ਤੁਹਾਡਾ ਬਣ ਕੇ ਰਹੇਗਾ। ਅੱਜ ਭੀਖਣ ਸ਼ਾਹ ਦੇ ਜਿਹੜਾ ਆਇਆ ਹੋਇਆ ਹੈ, ਉਹਨੇ ਆਖਿਆ ਕਿ ਮਹਾਰਾਜ ਤੁਸਾਂ ਮੇਰਾ ਇਹ ਜੀਵਨ ਸਫਲ ਕਰ ਦਿੱਤਾ, ਮੇਰੀ ਬੰਦਗੀ ਇਸ ਸੰਸਾਰ ਦੇ ਵਿੱਚ ਜਿਹੜੀ ਹੈ ਪ੍ਰਵਾਨ ਪੈ ਗਈ। ਇੱਦਾਂ ਪਰਮੇਸ਼ੁਰ ਵਾਹਿਗੁਰੂ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਕੇ ਪੀਰ ਭੇਖਣ ਸ਼ਾਹ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਤੇ ਹਜ਼ੂਰ ਨੇ ਅੰਦਰ ਦੀਆਂ ਰਹਿਮਤਾਂ ਫਿਰ ਵਰਤਾ ਦਿੱਤੀਆਂ।